ਇਸ ਵੇਲੇ ਮੋਹਾਲੀ ਤੋਂ ਇੱਕ ਵੱਡੀ ਖਬਰ ਆ ਰਹੀ ਹੈ। 5 ਕੈਦੀ ਜਿਨ੍ਹਾਂ ਨੂੰ ਅੱਜ ਸ਼ਾਮ ਚੰਡੀਗੜ੍ਹ ਹਾਈ ਕੋਰਟ ਤੋਂ ਵਾਪਸ ਜੇਲ੍ਹ ਲੈ ਕੇ ਜਾਇਆ ਜਾ ਰਿਹਾ ਸੀ, ਉਹਨਾਂ ਦੀ ਵੈਨ ਤੇ ਕੀਤਾ ਗਿਆ ਹਮਲਾ ਤੇ ਕੈਦੀ ਹੋਏ ਉੱਥੋਂ ਫਰਾਰ। ਭਾਈ ਓਏ, ਇਹ ਤੇ ਆਪਣੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ 2 ਗੱਡੀਆਂ ਵਿੱਚ ਹਥਿਆਰਾਂ ਨਾਲ ਲੈਸ ਸਨ ਤੇ ਉਹਨਾਂ ਵੱਲੋਂ ਪੁਲਿਸ ਤੇ ਕੀਤਾ ਗਿਆ ਹਮਲਾ, ਜਿਸ ਦੌਰਾਨ 5 ਪੁਲਿਸ ਕਰਮੀ ਹੋਏ ਸ਼ਹੀਦ। ਕਿ ਪੁਲਿਸ ਵੈਨ ਨੂੰ ਕਿਸ ਰਸਤੇ ਤੋਂ ਲੈ ਕੇ ਜਾਇਆ ਜਾਵੇਗਾ। ਇਹ ਇੱਕ ਵੈਲ ਪਲੈਨਡ ਹਮਲਾ ਹੈ। ਕੌਣ ਨੇ 5 ਕੈਦੀ? ਇਹ ਹੈ ਤਨਵੀਰ ਸ਼ਰਮਾ, ਜਿਸ ਨੂੰ ਤੁੰਨੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਤੇ ਇਸ ਦੀ ਉਮਰ ਸਿਰਫ 19 ਸਾਲ ਹੈ। ਤੁੰਨੀ ਇੱਕ ਕਤਲ ਦੇ ਇਲਜ਼ਾਮ ਦੇ ਵਿੱਚ ਸਜ਼ਾ ਕੱਟ ਰਿਹਾ ਸੀ, ਜਿਸ ਦੀ ਇੱਕ CCTV ਫੁਟੇਜ ਵੀ ਸਾਹਮਣੇ ਆਈ ਸੀ, ਔਰ ਤੁਸੀਂ ਵੇਖ ਸਕਦੇ ਹੋ ਜਿਸ ਦੇ ਵਿੱਚ ਉਹ ਕਤਲ ਕਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ। ਹਾਂ, ਦੇਖ ਲੈ ਕਿਵੇਂ ਮਾਰਿਆ ਸੀ। ਦੇਮੂ, ਜਿਸਦਾ ਅਸਲੀ ਨਾਮ ਹੈ ਦਵਿੰਦਰ ਸਿੰਘ, ਇਹਦੇ ਤੇ 307 ਦਾ ਪਰਚਾ ਹੈ। ਇਹਨੇ ਇੱਕ ਫਰੂਟ ਚਾਟ ਵਾਲੇ ਨੂੰ ਸਿਰਫ 250 ਰੁਪਏ ਵਰਗੀ ਮਾਮੂਲੀ ਰਕਮ ਦੇ ਲਈ ਸਰੇਆਮ ਬਾਜ਼ਾਰ ਦੇ ਵਿੱਚ ਉਹਦੇ ਹੀ ਚਾਕੂ ਦੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਲਾਣਤ ਆ ਯਾਰ ਤੇਰੇ ਤੇ, ਇੱਕ ਬੰਦਾ ਨਹੀਂ ਮਰਿਆ ਤੇਰੇ ਤੋਂ। ਇਹ ਹੈ ਮਲਕੀਤ ਸਿੰਘ ਉਰਫ ਮਾਸਟਰ। ਮਾਸਟਰ ਉੱਤੇ ਰੇਪ ਅਤੇ ਕਤਲ ਦੇ ਕੇਸ ਚੱਲ ਰਹੇ ਨੇ। ਕੋਸ਼ਿਸ਼ ਕੀਤੀ ਗਈ ਕੁੱਤੀ ਨਾਲ। ਵੀਡੀਓ ਦੇ ਵਿੱਚ ਵੇਖ ਰਹੇ ਹੋ, ਇਹ ਹੈ ਸਭ ਤੋਂ ਖਤਰਨਾਕ ਮੁਜਰਿਮ ਕਰਮਜੀਤ ਸਿੰਘ ਕਾਪਾ, ਜਿਸ ਦੇ ਦਰਜਨਾ ਹੀ ਕਤਲ ਦੇ ਕੇਸ ਦਰਜ ਨੇ, ਜਿਸ ਦੀ ਗਿਣਤੀ ਕਰਨਾ ਵੀ ਮੁਸ਼ਕਿਲ ਹੈ। ਇਸ ਨੇ ਆਪਣੇ ਹੀ ਪਿੰਡ ਦੇ ਇੱਕ ਪਰਿਵਾਰ ਦੇ 7 ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਕਾਪੇ ਦਾ ਪੁਲਿਸ ਦੇ ਵਿੱਚ ਇੰਨਾ ਖੌਫ ਹੈ ਕਿ ਉਸ ਨੂੰ ਜੇਲ੍ਹ ਦੇ ਵਿੱਚ ਹੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਤੇ ਸਹੂਲਤਾਂ ਨਾ ਮਿਲਣ ਤੇ ਕਾਪੇ ਦੇ ਡਰ ਤੋਂ ਕਈ ਜੇਲਰਾਂ ਨੇ ਆਪਣਾ ਤਬਾਦਲਾ ਵੀ ਕਰਾ ਲਿਆ। ਇਥੋਂ ਤੱਕ ਕਿ ਸਾਰੇ ਕੈਦੀਆਂ ਨੂੰ ਪੁਲਿਸ ਹਿਰਾਸਤ ਵਿੱਚੋਂ ਭਜਾਉਣ ਦੇ ਲਈ ਵੀ ਉਸੇ ਨੂੰ ਮਾਸਟਰ ਮਾਈਂਡ ਮੰਨਿਆ ਜਾ ਰਿਹਾ।